પાસે આમ આદમી પાર્ટી પંજાબ છે મુખ્યમંત્રી ઉમેદવારના એલાનન દે કરકે આપ પ્રધાન ભગવંત માન દી પાર્ટી ચું નારાજ હોન દી ચર્ચા હે અતે દૂજે પાસે પાર્ટી ચ વી બેચેની પાઈ જા રહી હે અતે હુણ વિરોધી પાર્ટીયા ને વી એસ મામલે તે તંજ કસને શરૂ કર દેતે ને કોંગ્રેસી મંત્રી સાધુ સિંઘ ધર્મસોત ને આમ આદમી પાર્ટી દા મજાક ઉડાયા હે અતે કહા કે આપ દેતા 10-15 મુખ્યમંત્રી તુરે ફિરદે ને એના નું સુપણી વી ਲੈਂਦੇ ਪਰ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਬਣਾਉਣਾ ਹੈ। ਆਮ ਪਾਰਟੀ ਨੂੰ ਅਲਵਿਦਾ ਕਹਿ ਕੇ 50-60 ਮੁੰਡੇ ਆ ਜਿਨ੍ਹਾਂ ਨੇ ਜੁਆਇਨ ਕੀਤਾ ਔਰ ਮੈਂ ਸਮਝਦਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੰਮਾਂ ਨੂੰ ਮੁੱਖ ਮੰਤਰੀ ਦੇ ਫੈਸਲੇ ਜਿਹੜੇ ਕਿਸਾਨ ਪੱਖੀ ਗਰੀਬ ਪੱਖੀ ਉਹ ਭਾਵੇਂ ਪੂਰੇ ਹਿੰਦੁਸਤਾਨ 'ਚ ਕਿਸਾਨਾਂ ਦੇ ਗੰਨੇ ਦੇ ਭਾਅ ਦੀ ਗੱਲ ਸੀ ਔਰ ਮੁੱਖ ਮੰਤਰੀ ਸਾਹਿਬ ਨੇ ਇੰਨੀ ਦਲੇਰੀ ਦੇ ਨਾਲ ਕਿਹਾ ਕਿ ਸਾਰੇ ਹਿੰਦੁਸਤਾਨ ਤੋਂ ਪੰਜਾਬ ਦੇ ਕਿਸਾਨ ਦਾ ਗੰਨੇ ਦਾ ਰੇਟ ਵੱਧ ਚਾਹੀਦਾ, ਸਭ ਤੋਂ ਵੱਧ ਕੀਤਾ ਔਰ ਜਿਹੜੀਆਂ ਪੈਨਸ਼ਨ ਕਦੇ 10 ਸਾਲ ਸਰਕਾਰ ਰਹੀ ਹੈ 250 ਤੋਂ ਨਹੀਂ ਵਧੀ, ਅਸੀਂ ਆਉਂਦੇ ਸਾਰ 750 ਕੀਤੀ, ਪਹਿਲਾਂ 500 ਕੀਤੀ, ਹੁਣ 1500 ਰੁਪਈਆ 2 ਮਹੀਨੇ ਦੀ ਇਕੱਠੀ ਦੇਣ ਲੱਗੇ ਹਾਂ। ਇਹ ਛੋਟੀ ਗੱਲ ਨਹੀਂ, ਸ਼ਗਨ ਸਕੀਮ ਸੀ 10 ਸਾਲ 15,000 ਤੋਂ 1 ਪੈਸਾ ਨਹੀਂ ਸੀ ਵਧਿਆ ਗਰੀਬਾਂ ਦੀ ਬੱਚੀ 'ਤੇ, ਧਿਆਨ ਹੀ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਸਾਹਿਬ ਨੇ ਆਉਂਦੇ ਸਾਰ 21,000 ਅਤੇ ਹੁਣ 51,000 ਰੁਪਈਆ 1 ਜੁਲਾਈ ਤੋਂ ਦੇ ਰਹੇ ਹਾਂ। ਇਹ ਵੱਡੇ ਫੈਸਲੇ ਨੇ ਸਾਡੀਆਂ ਧੀਆਂ ਭੈਣਾਂ ਲਈ, ਪੂਰੇ ਪੰਜਾਬ ਦੀ ਰੋਡਵੇਜ਼ ਦੀ ਜਿੱਥੇ ਜਿੱਥੇ ਬੱਸ ਜਾਂਦੀ ਹੈ ਹਿੰਦੁਸਤਾਨ ਦੇ ਕੋਨੇ ਕੋਨੇ 'ਚ, ਪੂਰੇ ਪੰਜਾਬ 'ਚ ਜਾ ਕੇ ਕਿਤੇ ਵੀ ਮੁਫਤ ਫ੍ਰੀ ਬੱਸ ਸੇਵਾ, ਇਹ ਪੂਰੇ ਹਿੰਦੁਸਤਾਨ 'ਚ ਕਿਸੇ ਸਟੇਟ ਨੇ ਨਹੀਂ ਕੀਤਾ, ਛੋਟੀ ਗੱਲ ਨਹੀਂ। ਅੱਜ ਪ੍ਰਾਈਵੇਟ ਸਕੂਲ ਜਿਹੜੇ ਜ਼ਿਆਦਾ ਦਾਖਲਾ ਹੁੰਦਾ ਸੀ, ਅੱਜ ਉਹਨਾਂ ਨੂੰ ਛੱਡ ਕੇ ਲੋਕ ਸਰਕਾਰੀ ਸਕੂਲਾਂ 'ਚ ਆ ਰਹੇ ਨੇ, ਕਿਉਂਕਿ ਸਰਕਾਰੀ ਸਕੂਲਾਂ ਦੀ ਮਹੱਤਤਾ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵਧੀ ਹੈ। ਉੱਥੇ ਬਾਥਰੂਮ ਵਧੀਆ, ਉੱਥੇ ਦਾ ਖਾਣਾ ਵਧੀਆ ਬੱਚਿਆਂ ਲਈ, ਪੜ੍ਹਾਈ ਵਧੀਆ, ਨਵੇਂ ਟੀਚਰ ਆਏ ਨੇ ਔਰ ਰਿਜ਼ਲਟ ਪੂਰੇ ਹਿੰਦੁਸਤਾਨ 'ਚ ਸਰਕਾਰੀ ਸਕੂਲਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਰਕੇ ਵਿਖਾਇਆ। ਆਪ ਪਾਰਟੀ ਦਾਅਵੇ ਕਰ ਰਹੇ ਵੀ ਸਰਕਾਰ ਬਣਾਵਾਂਗੇ, ਜਿਹੜਾ ਹੈਗਾ ਲਗਾਤਾਰ ਨਹੀਂ, ਸੁਪਨੇ ਲੈਣਾ ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ, ਪਹਿਲਾਂ ਵੀ ਬਹੁਤ ਵੱਡੇ ਸੁਪਨੇ ਲਏ ਸੀ, ਹੁਣ ਵੀ ਲੈ ਰਹੇ ਨੇ ਅਤੇ ਮੁੱਖ ਮੰਤਰੀ ਇਹਨਾਂ ਦੇ 13-14 ਤੁਰੇ ਫਿਰਦੇ ਨੇ। ਆਪੇ ਦਾ ਜਿਹੜਾ ਮਰਜ਼ੀ ਬਣ ਜਾਏ, ਇਹ ਤਾਂ ਪੰਜਾਬ ਦੀ ਜਨਤਾ ਦੇਖੇਗੀ ਨਾ, ਜਿਵੇਂ ਪੰਜਾਬ ਦੀ ਜਨਤਾ ਨੇ ਪਹਿਲਾਂ ਬਣਾਇਆ ਹੈ। ਗੁਰੂ ਦੀ ਕਿਰਪਾ ਨਾਲ ਇੰਨੇ ਵਧੀਆ ਕੰਮ ਕੈਪਟਨ ਸਾਹਿਬ ਰੋਜ਼ ਕਰ ਰਹੇ ਨੇ ਕਿ ਪਹਿਲਾਂ ਨਾਲੋਂ ਵੱਧ ਸੀਟਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੋਣ ਹੋਏਗੀ, ਕਾਂਗਰਸ ਪਾਰਟੀ ਜਿੱਤੇਗੀ। ਸਰਦਾਰ ਸਾਹਿਬ ਸਿੰਘ ਧਰਮਸੋਤ ਜੀ ਜਿੰਦਾਬਾਦ। ਮੁੱਖ ਮੰਤਰੀ ਦਾ ਚਿਹਰਾ ਨਹੀਂ ਜਿਹੜਾ ਹੈਗਾ ਭਗਵੰਤ ਮਾਨ ਪਿੱਛੇ ਨਾਰਾਜ਼ ਹੋਏ, ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾਓ। ਮੈਂ ਤੁਹਾਨੂੰ ਕਹਿੰਦਾ ਵੀ ਇੱਕ ਮੈਂ ਕਿਸੇ 'ਤੇ ਲਾ ਕੇ ਨਹੀਂ ਕਹਿੰਦਾ, ਇਹ ਵੱਡੀਆਂ ਪਾਰਟੀਆਂ ਫੈਸਲੇ ਕਰਦੀਆਂ ਨੇ, ਜਿਹੜੀਆਂ 100-150 ਸਾਲ ਦੀਆਂ ਪਾਰਟੀਆਂ ਨੇ ਜਾਂ 50-50 ਸਾਲ ਦੀਆਂ ਪਾਰਟੀਆਂ, ਉਹਨਾਂ ਨੂੰ ਪਤਾ ਹੈ ਕਿਵੇਂ ਸਰਕਾਰ ਬਣਨੀ ਹੈ, ਕੀ ਹੋਣਾ ਹੈ, ਕਿਵੇਂ ਨੰਬਰਦਾਰੀਆਂ ਮਿਲਦੀਆਂ ਨੇ, ਕੀ ਡਿਸਿਪਲਿਨ ਹੁੰਦਾ ਹੈ। ਇਹ ਅਨਡਿਸਿਪਲਿਨ ਪਾਰਟੀ ਹੈ, ਜਿਹੜਾ ਉੱਠਦਾ ਉਹੀ ਕਹਿੰਦਾ ਮੁੱਖ ਮੰਤਰੀ ਆ, ਅਤੇ ਆਪੇ ਬਣੀ ਜਾਣ ਅਤੇ ਪੰਜਾਬ ਦੇ ਲੋਕਾਂ ਨੂੰ ਪਤਾ, ਜਿਹੜਾ ਇੱਧਰੋਂ ਕੱਢਿਆ ਕੋਈ ਇੱਧਰੋਂ ਕੱਢਿਆ, ਜਿਹਨੂੰ ਕੋਈ ਨਹੀਂ ਸੰਘੀਲਾ ਆਪ ਪਾਰਟੀ 'ਚ ਆ ਗਿਆ। ਆਮ ਤਾਂ ਹੈ ਹੀ ਨਹੀਂ ਇਹ, ਕੋਈ ਅਕਾਲੀ ਦਲ 'ਚੋਂ ਆਇਆ ਜਿਹਨੂੰ ਨਹੀਂ ਟਿਕਟ ਮਿਲੀ, ਕੋਈ ਕਾਂਗਰਸ 'ਚੋਂ ਜਿਹਨੂੰ ਨਹੀਂ ਮਿਲੀ ਉਹ ਆ ਗਿਆ, ਕੋਈ ਹੋਰ ਕੱਢਿਆ ਕਢਾਇਆ ਆ ਗਿਆ। ਇਹ ਸਾਰੇ ਲੰਬੜਦਾਰ ਬਣਨ ਵਾਸਤੇ ਇੱਕ ਕਹਾਵਤ ਹੈ, ਕਹਾਵਤ ਹੈ ਇੱਕ, ਕਹਿੰਦੇ ਜਦੋਂ ਪਹਿਲਾਂ ਆਇਆ ਸੀ ਨਾ ਭਈਏ ਆਏ ਸੀ ਆਪਣੇ ਭਰਾ ਨੇ, ਖੇਤਾਂ 'ਚ ਕੰਮ ਕੀਤਾ ਇਹਨਾਂ ਨੇ ਆ ਕੇ, ਔਰ ਉਹ ਆਪਣਾ ਖਾਣ ਪੀਣ ਦਾ ਵੱਖਰਾ ਵੱਖਰਾ ਸਮਾਨ ਰੱਖਦੇ ਨੇ, ਖਾਂਦੇ ਪੀਂਦੇ ਖੁੱਲ੍ਹਾ ਨੇ, ਕੰਮ ਵੀ ਤਕੜਾ ਕਰਦੇ ਨੇ। ਉਹ ਕਹਿੰਦੇ 18-20 ਚੁੱਲ੍ਹੇ, ਉਹ ਆਪਣਾ ਆਪਣਾ ਚੁੱਲ੍ਹਾ ਵੱਖਰਾ ਰੱਖਦੇ ਨੇ, ਇਹ ਵੀ ਇਹਨਾਂ ਦਾ ਆਪਣਾ ਆਪਣਾ ਵੱਖਰਾ ਚੁੱਲ੍ਹਾ ਹੈ। ਬੀਤੇ ਦਿਨ ਆਏ ਜੀ, ਕੀ ਕਹਿਣਾ ਚਾਹੁੰਦੇ ਹੋ ਜਦੋਂ ਤਾਂ ਉਹ ਢੀਂਡਸੇ ਨਾਲ ਅਤੇ ਉਦੋਂ ਕਹਿੰਦੇ ਵੀ ਅਸੀਂ ਵੱਡੀ ਪਾਰਟੀ ਬਣਾ ਗਏ, ਹੁਣ ਇੱਕਦਮ ਆਪ ਪਾਰਟੀ? ਮੈਂ ਤੁਹਾਨੂੰ ਕਹਿ ਰਿਹਾ ਇਹ ਪਾਣੀ, ਉਹੀ ਬੋਤਲ ਦਾ ਪਾਣੀ, ਆਹ ਲੇਵਲ ਚੱਕ ਕੇ ਅਤੇ ਲੱਗਦਾ ਕਦੇ ਆਹ ਲੇਵਲ ਬਦਲਤਾ, ਕਦੇ ਆਹ ਲੇਵਲ ਬਦਲਤਾ। ਅਕਾਲੀ ਦਲ ਲਗਾਤਾਰ ਬੀਜੇਪੀ ਦੇ ਬੰਦੇ ਜੁਆਇਨ ਕਰਾ ਰਿਹਾ ਜੀ, ਅਤੇ ਕੋਈ ਵੀ ਕਿਸੇ ਪਾਰਟੀ ਜਾਏ ਉਹਨਾਂ ਦਾ ਆਪਣੇ ਦਾ ਰੱਖ ਲੈਣ, ਨੋ ਆਪਣੇ ਦਾ ਰੱਖ ਲੈਣ, ਅਕਾਲੀ ਦਲ ਵਾਲੇ ਆਪਣੇ ਦਾ ਰੱਖ ਲੈਣ। ਨਹੀਂ ਅੰਦਰੂਨੀ ਮਿਲੀ ਭਗਤ ਗੱਲਬਾਤ, ਕੱਲ੍ਹ ਤੁਹਾਡੇ ਸਾਹਮਣੇ ਹੋਇਆ ਇੱਦਾਂ ਵੱਡਾ ਇਕੱਠ, ਉਹਨਾਂ ਦੇ ਅਕਾਲੀਆਂ ਅਤੇ ਸੁਖਬੀਰ ਦੇ ਖਿਲਾਫ ਹੀ ਹੋਇਆ ਨਾਭੇ 'ਚ, ਫਿਰ